ਤੁਸੀਂ ਕਿਹੜੇ ਕਿਹੜੇ ਟਰੈਕਟਰ ਨੂੰ ਮਤਲਬ ਪੇਂਟ ਕਰ ਦਿੰਦੇ? ਜਿਵੇਂ ਸਟੈਂਡਰਡ ਹੋ ਗਿਆ ਜੀ, ਨਾਟ 11 ਹੋ ਗਿਆ, ਮਹਿੰਦਰਾ ਦਾ ਹੋ ਗਿਆ, ਹਾਂਜੀ ਫੋਰਡ ਹੋ ਗਿਆ, ਜੋ ਮਰਜ਼ੀ ਟਰੈਕਟਰ ਦੇ ਆਓ, ਟਰੈਕਟਰ ਜਿਹੜਾ ਮਰਜ਼ੀ, ਹਰੇਕ ਤਰ੍ਹਾਂ ਦਾ ਟਰੈਕਟਰ ਤਿਆਰ ਕਰਾਂਗੇ। ਮਾਡਲ ਦਾ ਕੋਈ ਮਤਲਬ ਕੰਡੀਸ਼ਨ? ਮਾਡਲ ਦਾ ਕੋਈ ਉਹ ਨਹੀਂ, ਮਾਡਲ ਜਿੰਨਾ ਮਰਜ਼ੀ ਪੁਰਾਣਾ ਹੋਵੇ, ਜਿੰਨਾ ਮਰਜ਼ੀ ਮਾਡਲ ਪੁਰਾਣਾ ਹੋਵੇ, ਸਾਰੇ ਤਰ੍ਹਾਂ ਦਾ ਟਰੈਕਟਰ ਤਿਆਰ ਹੋਵੇ। ਓਕੇ, ਲਖਵਿੰਦਰ ਤੋਂ ਕਰਾਏ, ਪਰਮੇਸ਼ਰ ਵਾਲੇ ਤੋਂ। ਕਿਵੇਂ ਲੱਗਦਾ ਜੀ ਤੁਸੀਂ ਇੱਕ ਪੁਰਾਣੇ ਟਰੈਕਟਰ ਨੂੰ ਮੋਡੀਫਾਈ ਕਰਵਾਇਆ, ਪੇਂਟ ਕਰਵਾਇਆ, ਫਾਇਦਾ ਹੈ? ਹਾਂਜੀ ਹੈਗਾ ਜੀ, ਮਨ ਇੰਨੀ ਪਾਵਰ ਦਾ ਟਰੈਕਟਰ ਜੀ, ਆਪਾਂ ਨੂੰ ਅੱਜ ਦੇ ਟਾਈਮ ਚ 7-8 ਲੱਖ ਦੀ ਘੱਟ ਰੇਂਜ ਘੱਟ ਮਿਲਦਾ ਨੀ। ਇਹ ਸਾਡਾ ਇਦੂ ਪਹਿਲਾਂ 2.5 ਲੱਖ ਰੁਪਏ ਦਾ ਰੇਟਰ ਸੀਗਾ, ਮੰਨ ਕੇ ਚਲੋ ਜੇ ਵੇਚਦੇ ਸੀ, ਹੁਣ ਇਹਦੇ ਉੱਤੇ ਖਰਚਾ ਕਰਕੇ ਇਹ ਨਾਲੇ ਅੱਧ ਰੇਟ ਤੇ ਮਤਲਬ ਤਿਆਰ ਹੋ ਗਿਆ, ਉਹਨਾਂ ਕੰਮ ਕਰੂਗਾ ਇਹ, ਉਹਨਾਂ ਕੰਮ ਕਰੂਗਾ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਆਪਣਾ? ਹੰਡਾਇਆ ਪਿੰਡ। ਹੰਡਾਇਆ, ਇਹ ਤੁਸੀਂ ਜਿਹੜਾ ਮੋਡੀਫਾਈ ਕਰਵਾਇਆ ਸੀ ਪਰਮੇਸ਼ਰ ਐਗਰੀਕਲਚਰ ਵਰਕਸ ਤੋਂ ਕਰਵਾਇਆ? ਹਾਂਜੀ ਹਾਂਜੀ। ਤੁਹਾਨੂੰ ਕਿਵੇਂ ਲੱਗਦਾ ਵੀ ਇਹ 3 ਮਾਡਲ ਟਰੈਕਟਰ ਤੁਹਾਨੂੰ ਕੋਈ ਫਾਇਦਾ ਦਿੰਦਾ ਮੋਡੀਫਾਈ ਕਰਵਾ ਕੇ? ਪੂਰਾ ਹੀ ਫਾਇਦਾ ਦਿੰਦਾ ਜੀ। ਪੂਰਾ ਹੀ ਫਾਇਦਾ ਦਿੰਦਾ, ਨਵੇਂ ਨਾਲੋਂ ਮਤਲਬ? ਉਹਨਾਂ ਹੀ ਹੈ ਜੀ। ਹਾਂਜੀ ਕਿਸਾਨ ਭਰਾਵੋ, ਹੁਣ ਆਪਾਂ ਪਹੁੰਚ ਚੁੱਕੇ ਹਾਂ ਪਰਮੇਸ਼ਰ ਐਗਰੀਕਲਚਰ ਵਰਕਸ ਦੇ ਵਿੱਚ, ਜਿੱਥੇ ਟਰੈਕਟਰ ਮੋਡੀਫਾਈ ਕੀਤੇ ਜਾਂਦੇ ਨੇ, ਨਵੇਂ ਬਣਾਏ ਜਾਂਦੇ, ਪੁਰਾਣੇ ਟਰੈਕਟਰ ਨੂੰ ਨਵਾਂ ਬਣਾ ਦਿੱਤਾ ਜਾਂਦਾ ਹੈ। ਆਪਣੇ ਨਾਲ ਲਖਵਿੰਦਰ ਸਿੰਘ ਜੀ ਨੇ ਗੱਲਬਾਤ ਕਰਦੇ ਆ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲਖਵਿੰਦਰ ਸਿੰਘ ਜੀ, ਤੁਹਾਡੇ ਵੱਲੋਂ ਜਿਹੜਾ ਟਰੈਕਟਰ ਪੇਂਟ ਕੀਤਾ ਗਿਆ ਹੈ ਤੇ ਉਹ ਸਾਨੂੰ ਮੈਨੂੰ ਮਤਲਬ ਭੁਲੇਖਾ ਪੈ ਗਿਆ ਸੀ ਵੀ ਸ਼ਾਇਦ ਨਵਾਂ ਟਰੈਕਟਰ ਹੈ, ਤੁਹਾਡਾ ਕਿੰਨੇ ਕੁ ਸਾਲ ਦਾ ਤਜਰਬਾ ਹੈ? ਸਾਡਾ ਹੈਗਾ 20-21 ਸਾਲ ਦਾ ਤਜਰਬਾ ਜੀ। ਅੱਛਾ ਜੀ। ਸਟੈਂਡਰਡ ਫੈਕਟਰੀ ਦੇ ਵਿੱਚ, ਫੈਕਟਰੀ ਦੇ ਵਿੱਚ ਅਸੀਂ ਟਰੈਕਟਰ ਆਪ ਤਿਆਰ ਕਰਦੇ ਸੀ। ਸਟੈਂਡਰਡ ਫੈਕਟਰੀ ਜਿਹੜੀ ਕੰਬਾਈਨ ਫੈਕਟਰੀ? ਹਾਂਜੀ ਕੰਬਾਈਨ ਫੈਕਟਰੀ, ਟਰੈਕਟਰ ਜੁਆਇੰਟ ਵੀ ਹੈ ਜੀ, ਖਾਸ ਕਰਕੇ ਟਰੈਕਟਰ ਨਵਾਂ ਤਿਆਰ ਹੁੰਦਾ। ਸਟੈਂਡਰਡ ਫੈਕਟਰੀ ਨਵਾਂ ਟਰੈਕਟਰ ਤਿਆਰ ਹੁੰਦਾ? ਹਾਂਜੀ। ਮਤਲਬ ਤੁਹਾਡਾ ਨਵੇਂ ਟਰੈਕਟਰ ਤਿਆਰ ਕਰਨ ਦਾ ਤਜਰਬਾ, ਤਾਂ ਕਰਕੇ ਤੁਸੀਂ ਪਤਾ ਨਹੀਂ ਲੱਗਦਾ ਪੁਰਾਣੇ ਟਰੈਕਟਰ ਨੂੰ ਨਵਾਂ ਬਣਾ ਦਿੰਦੇ ਹੋ। ਤੁਸੀਂ ਕਿਹੜੇ ਕਿਹੜੇ ਟਰੈਕਟਰ ਨੂੰ ਮਤਲਬ ਪੇਂਟ ਕਰ ਦਿੰਦੇ? ਜਿਵੇਂ ਸਟੈਂਡਰਡ ਹੋ ਗਿਆ ਜੀ, ਨਾਟ 11 ਹੋ ਗਿਆ, ਮਹਿੰਦਰਾ ਦਾ ਹੋ ਗਿਆ, ਹਾਂਜੀ ਫੋਰਡ ਹੋ ਗਿਆ, ਜੋ ਮਰਜ਼ੀ ਟਰੈਕਟਰ ਦੇ ਆਓ, ਟਰੈਕਟਰ ਜਿਹੜਾ ਮਰਜ਼ੀ, ਹਰੇਕ ਤਰ੍ਹਾਂ ਦਾ ਟਰੈਕਟਰ ਤਿਆਰ ਕਰਾਂਗੇ। ਮਾਡਲ ਦਾ ਕੋਈ ਮਤਲਬ ਕੰਡੀਸ਼ਨ? ਮਾਡਲ ਦਾ ਕੋਈ ਉਹ ਨਹੀਂ ਹੈਗਾ, ਮਾਡਲ ਜਿੰਨਾ ਮਰਜ਼ੀ ਪੁਰਾਣਾ, ਜਿੰਨਾ ਮਰਜ਼ੀ ਮਾਡਲ ਪੁਰਾਣਾ ਹੋਵੇ, ਸਾਰੇ ਤਰ੍ਹਾਂ ਦਾ ਟਰੈਕਟਰ ਤਿਆਰ ਹੋਊਗਾ। ਓਕੇ, ਮੋਡੀਫਾਈ ਕਰਾਓ ਟਰੈਕਟਰ ਨੂੰ ਪੂਰਾ ਵਧੀਆ, ਜਿਹੋ ਜਿਹਾ ਮਰਜ਼ੀ ਸਟੀਲੀ ਸਮਾਨ ਲਵਾਉਣਾ ਹੈ ਜੀ, ਜੋ ਵੀ ਲਵਾਓ ਸਾਰਾ ਪਾਰਟ ਤੁਹਾਡੇ ਕੋਲ ਹੁੰਦਾ ਹੈ, ਸਾਰਾ ਪਾਸ। ਸੋ ਕਿਸਾਨ ਭਰਾਵੋ, ਇਹ ਕਹਿੰਦੇ ਮਾਡਲ ਭਾਵੇਂ ਜਿੰਨਾ ਮਰਜ਼ੀ ਪੁਰਾਣਾ ਹੋਵੇ, ਸਸਤਾ ਟਰੈਕਟਰ ਲਿਓ ਬੇਸ਼ੱਕ, ਤੇ ਆਪਾਂ ਉਹਨੂੰ ਨਵੇਂ ਦੇ ਵਰਗਾ ਬਣਾ ਕੇ ਤੁਹਾਨੂੰ ਦੇ ਦੇਣਾ। ਇਹ ਲਖਵਿੰਦਰ ਸਿੰਘ ਦਾ ਤਜਰਬਾ ਹੈਗਾ, ਸਟੈਂਡਰਡ ਕੰਬਾਈਨ ਕੰਪਨੀ ਦੇ ਵਿੱਚ ਜਿਹੜੇ ਟਰੈਕਟਰ ਬਣਦੇ ਆ, ਇਹ ਉਹਨਾਂ ਨੂੰ ਖੁਦ ਮਤਲਬ ਕਹਿੰਦੇ ਅਸੀਂ ਬਣਾਉਂਦੇ ਰਹੇ ਹਾਂ, ਖੁਦ ਤਿਆਰ ਕਰਦੇ ਰਹੇ ਹਾਂ, ਇਹਨਾਂ ਦਾ ਤਜਰਬਾ ਇਸੇ ਕਰਕੇ 20 ਸਾਲ ਪੁਰਾਣਾ ਤਜਰਬਾ ਅੱਜ ਤੁਹਾਨੂੰ ਕੰਮ ਦੇ ਰਿਹਾ। ਪੁਰਾਣਾ ਟਰੈਕਟਰ ਜਿਹੜਾ ਹੈਗਾ ਉਹਨੂੰ ਇਹ ਨਵੇਂ ਦੀ ਤਰ੍ਹਾਂ ਬਣਾ ਦਿੰਦੀ। ਤੁਹਾਡੇ ਕੋਲ ਟਰੈਕਟਰ ਜਿਹੜੇ ਹੈਗੇ ਤਿਆਰ ਹੋ ਕੇ ਕਿੱਥੇ ਕਿੱਥੇ ਤੱਕ ਜਾ ਚੁੱਕੇ ਆ? ਜੀ ਬਾਹਰਲੇ ਮੁਲਕਾਂ 'ਚ ਵੀ ਜਾਂਦੇ ਆਪਣੇ ਟਰੈਕਟਰ, ਕੈਨੇਡਾ, ਅਮਰੀਕਾ ਦੇ ਵਿੱਚ ਜੀ ਸਾਰੇ ਕਿਤੇ ਜਾ ਰਹੇ ਆ ਜੀ। ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਟਰੈਕਟਰ ਹੈ ਜਿਹੜਾ ਆਪਣੇ ਕੋਲ ਤਿਆਰ ਹੋਏ ਹੋਏ ਨੇ, ਬਹੁਤ ਵਾਜਬ ਰੇਟ ਦੇ ਵਿੱਚ ਆਪਾਂ ਜਿਹੜਾ ਕਰਦੇ ਆ ਨਾ, ਘੱਟ ਖਰਚੇ ਦੇ ਵਿੱਚ, ਬਹੁਤ ਘੱਟ ਖਰਚੇ ਦੇ ਵਿੱਚ। ਕਿਸਾਨ ਭਰਾਵੋ, ਮੌਕਾ ਹੈਗਾ, ਆਪਾਂ ਇਹਨਾਂ ਦੇ ਨੰਬਰ ਦਿੱਤੇ ਹੋਏ ਨੇ ਸਕਰੀਨ ਤੇ, ਹੋਰ ਜਾਣਕਾਰੀ ਲੈਣੀ ਹੈ ਫੋਨ ਜ਼ਰੂਰ ਕਰਨਾ। ਤੇ ਟਰੈਕਟਰਾਂ ਤੋਂ ਇਲਾਵਾ ਤੁਸੀਂ ਖੇਤੀ, ਕਿਉਂਕਿ ਇਕੱਲਾ ਟਰੈਕਟਰ ਦੇ ਨਾਲ ਵਾਹੇ ਵਾਹਨ ਜਿਹੜਾ ਨਹੀਂ ਵਾਹਿਆ ਜਾਂਦਾ, ਖੇਤੀਬਾੜੀ ਦੇ ਹੋਰ ਕਿਹੜੇ ਕਿਹੜੇ ਸਾਧਨ ਤਿਆਰ ਹੁੰਦੇ? ਜਿਵੇਂ ਸੁਹਾਗਾ ਹੋ ਗਿਆ ਜੀ, ਹਲ ਹੋ ਗਏ, ਕੋਈ ਹੋਰ ਰੋਟਾਵੇਟਰ ਤਿਆਰ ਕਰਵਾਉਣਾ ਹੈ, ਟਰਾਲੀ ਤਿਆਰ ਕਰਵਾ ਕੇ, ਟਰਾਲੀ ਵੀ ਤਿਆਰ ਕਰਵਾਉਣੀ, ਟਰਾਲੀ ਵੀ ਤਿਆਰ ਕਰਦੇ। ਕਿਸਾਨ ਭਰਾਵੋ, ਇਹ ਹੈ ਪਰਮੇਸ਼ਰ ਐਗਰੀਕਲਚਰ ਵਰਕਸ। ਜਦੋਂ ਆਪਾਂ ਬਠਿੰਡੇ ਵਾਲੇ ਰੋਡ ਤੇ ਮਤਲਬ ਹੰਡਿਆਏ ਤੋਂ ਆਪਾਂ ਧਰੌਂਦੇ ਵੱਲ ਨੂੰ ਜਾਂਦੇ ਹਾਂ ਨਾ, ਪੁਲ ਖਤਮ ਹੁੰਦਾ ਜਿੱਥੇ ਪੁਲ ਉਤਰਦੇ ਆ, ਜਾਂ ਆਪਾਂ ਸੰਗਰੂਰ ਬੰਨੇ ਆਉਂਦੇ ਹਾਂ ਤਾਂ ਪੁਲ ਸਟਾਰਟ ਹੁੰਦਾ ਹੰਡਿਆਇਆ ਚੌਂਕ ਦਾ, ਤਾਂ ਇੱਥੇ ਇਹ ਹੈਗੀ ਪਰਮੇਸ਼ਰ ਐਗਰੀਕਲਚਰ ਵਰਕਸ। ਲਖਵਿੰਦਰ ਸਿੰਘ ਜੀ ਜਿਹੜੇ ਇਹ ਹੈੱਡ ਨੇ, ਮਿਸਤਰੀ ਨੇ, ਇਹ ਤਿਆਰ ਕਰਦੇ ਆ।
ਇੱਥੇ ਖੇਤੀਬਾੜੀ ਦੇ ਇਹ ਜਿਹੜੇ ਸੰਦ ਸਾਰੇ ਤਰ੍ਹਾਂ ਦੇ ਬਣਾਏ ਜਾਂਦੇ ਆ। ਟਰੈਕਟਰ ਮੋਡੀਫਾਈ ਇਸ ਤਰ੍ਹਾਂ ਦਾ ਕੀਤਾ ਜਾਂਦਾ, ਕਹਿੰਦੇ ਪੁਰਾਣੇ ਟਰੈਕਟਰ ਨੂੰ ਨਵਾਂ ਬਣਾ ਦਿੱਤਾ ਜਾਂਦਾ। ਤੁਸੀਂ ਕਿਸੇ ਤਰ੍ਹਾਂ ਦੀ ਪਾਰਟਸ ਚਾਹੋਗੇ, ਸਪੈਸ਼ਲ ਕੋਈ ਬਣਾ ਕੇ ਚਾਹੋਗੇ ਤਾਂ ਉਹ ਵੀ ਇਹਨਾਂ ਨੇ ਫਿੱਟ ਕਰਨਾ ਹੁੰਦਾ ਹੈ। ਕੋਈ ਹੋਰ ਕੋਈ ਗੱਲ ਹਰੇਕ ਤਰ੍ਹਾਂ ਦਾ ਪਾਰਟ ਜੇ ਕੋਈ ਤਿਆਰ ਕਰਵਾਉਣਾ ਟਰੈਕਟਰ ਦਾ, ਹਾਂਜੀ ਬੋਰ ਨਟ ਮਗਰਾ ਫੈਂਡਰ ਜੀ ਜੋ ਵੀ ਮਰਜ਼ੀ ਤਿਆਰ ਕਰਾਉਣਾ ਤਾਂ ਆਪਾਂ ਤਿਆਰ ਵੀ ਕਰਦੇ। ਫੋਨ ਕਾਲ ਕਰਕੇ ਹੋਰ ਜਾਣਕਾਰੀ ਚਾਹੀਦੀ ਹੁੰਦੀ ਹੈ ਆਪਾਂ ਪ੍ਰਾਪਤ ਕਰ ਸਕਦੇ ਹਾਂ, ਇਹਨਾਂ ਨਾਲ ਜਿਹੜਾ ਰਾਬਤਾ ਆਪਾਂ ਕਾਇਮ ਕਰ ਸਕਦੇ ਹਾਂ। ਅਗਲੇ ਵੀਡੀਓ ਤੱਕ ਦਿਓ ਆ ਗਿਆ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।